ਹਾਏ ਹਾਏ ਹੁਸਨ ਅੱਜ ਦਾ ਮੈਂ ਅੱਕੀ ਪਈ ਆਂ। ਕੀ ਹੋ ਗਿਆ ਜੀ? ਹੋਣਾ ਕੀ ਆ, ਮੈਂ ਤਾਂ ਨਾ ਇਹ ਜਨਾਨੀਆਂ ਤੋਂ ਇੰਨੀ ਦੁਖੀਆਂ ਇੰਨੀ ਦੁਖੀਆਂ ਇੰਨੀ ਦੁਖੀਆਂ ਹੱਦ ਤੋਂ ਵੱਧ। ਆਉਣਗੀਆਂ ਬਾਅਦ ਚੋਂ, ਲੈ ਭੈਣੇ ਪ੍ਰਿੰਟਡ ਸੂਟ ਲੈ ਆਇਆ, ਇਹਦੇ ਨਾਲ ਤਾਂ ਪਾਈਪਿੰਗਾਂ ਲਾ ਦੀ ਵਧੀਆ, ਆਪਦੀ ਪਸੰਦ ਦੀਆਂ ਲਾ ਦੀ ਤੂੰ, ਚਾਹੇ ਗਲੇ 'ਚ ਭੈਣੇ ਇੱਥੋਂ ਗਲੇ 'ਚ ਡਿਜ਼ਾਇਨ ਕੱਢ ਦੀ। ਨਾਲੇ ਕਹਿਣਗੀਆਂ ਆਹ ਜਿੱਪ ਜ਼ਰੂਰ ਲਾ ਦੀ, ਆਹ ਜਿੱਪ ਜ਼ਰੂਰ ਲਾ ਦੀ ਭੈਣੇ। ਜਿੱਪ ਲਾਉਣ ਨਾਲ ਪਤਾ ਕੀ ਆ, ਹੁਣ ਤਾਂ ਸਰੀਰ 'ਚ ਚਾਹੀਦੀਆਂ ਇੰਨੀਆਂ ਮੋਟੀਆਂ, ਹੁਣ ਇੰਨੀਆਂ ਨੇ ਮੋਟੀਆਂ, ਠੀਕ ਹੈ। ਜਿੱਪ ਲਵਾ ਕੇ ਕਹਿਣਗੀਆਂ ਹੋਰ ਭੈਣੇ ਪਤਲੀਆਂ ਲੱਗਾਂਗੇ, ਫਿਰ ਜਿੱਪ ਜ਼ਰੂਰ ਲਾ ਦੀ। ਜੇ ਜਿੱਪ ਦੀ ਮੰਗ ਲਈ ਸਿਲਾਈ, ਫਿਰ ਪਤਾ ਕੀ ਕਹਿਣਗੀਆਂ, ਹਾਏ ਨੀ ਭੈਣੇ ਤੂੰ ਤਾਂ ਇੰਨਾ ਲੁੱਟਦੀ ਆ, ਹਾਏ ਹਾਏ ਤੈਂ ਤਾਂ ਸਤਵਿੰਦਰ ਜਮੀ ਲੁੱਟ ਮਚਾ ਰੱਖੀ। ਲੈ ਦੱਸ ਮੈਂ ਕੀ ਕਰਾਂ, ਹੈਂ ਫਿਰ ਸੂਟ ਬਣਵਾਉਣਗੀਆਂ ਮਗਰੋਂ, ਪਹਿਲਾਂ ਕਹਿਣਗੀਆਂ ਆਹ ਅੰਡਰਗਰਾਊਂਡ ਪਾਈਪਿੰਗ ਲਾ ਦੀ ਜਮੀ ਨਾ ਦਿਖੇ, ਦੂਜੇ ਪਾਸੇ ਸਿਲਾਈ ਨਾ ਦਿਖੇ। ਲੈ ਅੰਡਰਗਰਾਊਂਡ ਪਾਈਪਿੰਗ ਲਾਉਣ ਦਾ ਸ਼ੌਂਕ ਹੈ, ਪਰ ਪੈਸੇ ਦੇਣ ਵੇਲੇ ਹਾਏ ਹਾਏ ਭੈਣੇ ਤੂੰ ਤਾਂ ਬਾਹਲਾ ਰੇਟ ਚੱਕਤਾ। ਰੇਟ ਤਾਂ ਹੁਣ ਫਿਰ ਚੱਕਾਂਗੀ ਜਦੋਂ ਜਿੱਪ ਤੁਸੀਂ ਲਵਾਉਣੀ ਹੈ, ਪਾਈਪਿੰਗਾਂ ਤੁਸੀਂ ਲਵਾਉਣੀ, ਸਿਲਾਈਆਂ ਦੇਣ ਵੇਲੇ ਫਿਰ ਤੁਹਾਡੇ ਤੁਹਾਨੂੰ ਬਹੁਤ ਔਖਾ ਲੱਗਦਾ ਹੈ ਨਾ। ਪਰ ਬਹੁਤ ਔਖਾ ਗਾ ਜਿਹੜੇ ਬੰਦੇ ਸੂਟ ਬਣਾਉਂਦੇ ਆ, ਕਾਰੀਗਰਾਂ ਨੂੰ ਵੀ ਦੇਣੇ ਆ, ਆਪਦੇ ਵੀ ਖਰਚੇ ਕੱਢਣੇ ਆ, ਮਸ਼ੀਨਾਂ ਦੇ ਵੀ ਖਰਚੇ ਕੱਢਣੇ ਆ, ਬਿਜਲੀ ਦੇਖ ਲਓ, ਲਾਈਟਾਂ, ਪੱਖੇ, ਏਸੀਆਂ ਦਾ ਖਰਚਾ, ਇਹ ਕਿਹਦੇ ਪੱਲੇ ਪਾਈਏ, ਹੈ ਨਾ। ਐ ਨਹੀਂ ਹੁੰਦਾ ਹੁੰਦਾ ਭੈਣੋ, ਰੇਟ ਜ਼ਰੂਰ ਦਿਆ ਕਰੋ। ਜੇ ਸੋਹਣੇ ਸੋਹਣੇ ਸੂਟ ਬਣਵਾਉਣੇ ਆ ਤਾਂ ਸੋਹਣੇ ਸੋਹਣੇ ਹੱਸ ਕੇ ਪੈਸੇ ਦੇ ਕੇ ਜਾਇਆ ਕਰੋ, ਫਿਰ ਕਿਹਾ ਕਰੋ ਵੀ ਲੈ ਭੈਣੇ ਜਿਉਂਦੀ ਵੱਸਦੀ ਰਹਿ, ਤੈਂ ਤਾਂ ਸਾਡਾ ਇੰਨਾ ਸੋਹਣਾ ਸੂਟ ਬਣਾਤਾ, ਜੇ ਲੈ ਸਿੰਪਲ ਜਿਹਾ ਸੂਟ ਸੀ, ਇਹਨੂੰ ਪਾਈਪਿੰਗ ਲੈਸਾਂ ਲਾ ਕੇ ਤੂੰ ਤਾਂ ਇੰਨਾ ਸੋਹਣਾ ਬਣਾਤਾ। ਅਤੇ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਸਾਰੀਆਂ ਭੈਣਾਂ ਨੂੰ ਵੀ ਤੁਸੀਂ ਸੂਟ ਜ਼ਰੂਰ ਬਣਵਾਇਆ ਕਰੋ, ਪਰ ਜਿੱਪਾਂ ਵੀ ਲਵਾ ਲਿਆ ਕਰੋ, ਪਾਈਪਿੰਗਾਂ ਵੀ ਲਵਾ ਲਿਆ ਕਰੋ, ਸਾਡੇ ਕੋਲ ਇਹ ਖੁੱਲ੍ਹਾ ਸੱਦਾ। ਪਰ ਪੈਸੇ ਦੇਣ ਵੇਲੇ ਰੋਇਆ ਨਾ ਕਰੋ, ਰੋਇਆ ਨਾ ਕਰੋ, ਕਿਉਂਕਿ ਸਾਨੂੰ ਬਹੁਤ ਹੀ ਜ਼ਿਆਦਾ ਫੀਲ ਹੁੰਦਾ ਗਾ। ਬਹੁਤ ਦੇਖੋ ਹੈ ਨਾ, ਇਹ ਗੱਲ ਹੋ ਗਈ। ਅੱਜ ਮੈਂ ਸੱਚੀ ਆਪਦੇ ਬੁਟੀਕ ਦੀ ਤੁਹਾਨੂੰ ਕਹਾਣੀਆਂ ਦੱਸਦੀ ਹਾਂ, ਆਪਣੇ ਨਹੀਂ, ਮਤਲਬ ਕਿ ਜਿੰਨੀਆਂ ਵੀ ਬੁਟੀਕਾਂ ਨੇ ਸਾਰੀਆਂ ਦੀਆਂ ਗੱਲਾਂ ਦੱਸ ਰਹੀ ਹਾਂ। ਅਤੇ ਜਿਵੇਂ ਹੁਣ ਬੁਟੀਕ ਵਾਲੀਆਂ ਹੁੰਦੀਆਂ ਨੇ, ਆਪਾਂ ਕਹਿੰਦੇ ਨੇ ਪੈਸੇ ਕਮਾਉਂਦੀਆਂ ਨੇ ਬੁਟੀਕਾਂ ਵਾਲੀਆਂ, ਬੁਟੀਕਾਂ ਵਾਲੀਆਂ ਗੱਲਾਂ ਪੈਸਾ ਨਹੀਂ ਕਮਾਉਂਦੀਆਂ, ਬੁਟੀਕਾਂ ਵਾਲੀਆਂ ਛਿੱਤਰ ਵੀ ਖਾਂਦੀਆਂ ਨੇ, ਸਾਰਾ ਦਿਨ ਖਾਂਦੀਆਂ ਨੇ, ਚਾਹੇ ਕਿਸੇ ਨੂੰ ਆਉਂਦਾ ਹੁੰਦਾ ਚਾਹੇ ਨਾ ਆਉਂਦਾ ਹੁੰਦਾ, ਤਾਂ ਵੀ ਜੇ ਕਿਸੇ ਦਾ ਮਾੜਾ ਖੁੱਲ੍ਹਾ ਹੋ ਜਾਵੇ ਤਾਂ ਵੀ, ਨਾਣੀ ਭੈਣੇ ਇੱਥੋਂ ਤਾਂ ਖੁੱਲ੍ਹਾ ਕਰਤਾ, ਨਾਣੀ ਭੈਣੇ ਇੱਥੋਂ ਤਾਂ ਭੀੜਾ ਕਰਤਾ, ਪਤਾ ਸੌ ਸੌ ਗੱਲਾਂ ਸਹਿਣੀਆਂ ਪੈਂਦੀਆਂ ਨੇ, ਬਹੁਤ ਔਖੇ ਕੰਮ ਨੇ, ਮਿਹਨਤ ਕਰਨੀ ਸਭ ਤੋਂ ਵੱਡੀ ਗੱਲ ਹੈ, ਠੀਕ ਹੈ, ਮਿਹਨਤ ਕਰੋ, ਪਰ ਲੋਕਾਂ ਦੇ ਨਖਰਿਆਂ ਦੇ ਹਿਸਾਬ ਨਾਲ ਲੋਕਾਂ ਨੂੰ ਕੰਮ ਦੇਣਾ, ਹੈ ਨਾ, ਖਾਸ ਤੌਰ 'ਤੇ ਲੇਡੀਜ਼ ਦਾ ਕੰਮ ਕਰਨਾ ਸਭ ਤੋਂ ਜ਼ਿਆਦਾ ਟੱਫ ਹੈ, ਸਭ ਤੋਂ ਜ਼ਿਆਦਾ, ਕਿਉਂਕਿ ਹਰ ਇੱਕ ਜਨਾਨੀ ਇੱਕ ਤੋਂ ਇੱਕ ਆ ਕੇ ਗੱਲ ਇਹੋ ਜਿਹੀ ਬੋਲਦੀ ਆ ਵੀ ਬੰਦੇ ਦੇ ਦਿਮਾਗ 'ਚ ਰਾਤ ਤੋਂ ਲੈ ਕੇ ਸਵੇਰ ਤੱਕ ਉਹੀ ਟੈਨਸ਼ਨ ਫਿਰੀ ਜਾਂਦੀ ਆ, ਯਾਰ ਕੱਲ੍ਹ ਮੈਨੂੰ ਉਹ ਆਈ ਸੀ ਆਹ ਗੱਲ ਕਹਿ ਗਈ, ਮੇਰੇ ਸੂਟ 'ਚ ਐਂ ਕਰਤਾ ਐਂ ਕਰਤਾ। ਮੈਂ ਕਹਿੰਦੀ ਹਾਂ ਬਹੁਤ ਜ਼ਿਆਦਾ ਔਖਾ ਕੰਮ ਆ, ਸਟ੍ਰੈਸ ਵਾਲਾ ਕੰਮ ਹੈ ਬੁਟੀਕ ਚਲਾਉਣਾ। ਅਤੇ ਨੰਬਰ 2 'ਤੇ ਜਿਹੜੇ ਹੁੰਦੇ ਨੇ ਕਾਰੀਗਰ, ਕਾਰੀਗਰਾਂ ਦੀ ਗੱਲ ਸੁਣ ਲਓ, ਇਹ ਵੀ ਬਹੁਤ ਉਹ ਹੁੰਦੇ ਨੇ, ਇਹਨਾਂ ਤੋਂ ਕੰਮ ਕਰਵਾਉਣੇ ਆ, ਪਹਿਲਾਂ ਤਾਂ ਕਢਾਈ ਵਾਲੇ ਕੰਮ ਨੂੰ ਲੇਟ ਕਰ ਦਿੰਦੇ ਆ, ਫਿਰ ਆ ਕੇ ਸਟਿਚਿੰਗ ਵਾਲਾ ਆ ਕੇ ਕਹਿੰਦਾ ਮਾਸਟਰ ਮੈਂ ਨਹੀਂ ਆਪ ਕੰਮ ਕਰੂੰਗਾ, ਮੇਰਾ ਮੂਡ ਨਹੀਂ ਹੈ। ਉਸਕਾ ਤਾਂ ਮੂਡ ਨਹੀਂ ਹੈ, ਲੇਕਿਨ ਕਿਆ ਕਰੇ, ਉਹ ਤਾਂ ਹਿੰਦੀ ਬੋਲਦੇ ਹੈ ਨਾ, ਕਿਉਂਕਿ ਆਪਣੇ ਪੰਜਾਬੀ ਨੇ ਜਿਹੜੇ ਉਹ ਤਾਂ ਕੰਮ ਕਰਨਾ ਛੱਡ ਚੁੱਕੇ ਨੇ, ਠੀਕ ਆ। ਸਿਰਫ ਕੰਮ ਕੌਣ ਕਰਦੇ ਆ, ਬਿਹਾਰ ਵਾਲੇ, ਉਹ ਹੁਣ ਕੀ ਕਰਦੇ ਆ, ਇੰਨੀ ਤਾਂ ਉਹਨਾਂ ਨੇ ਲੇਬਰ ਰੇਟ ਵਧਾ ਚੁੱਕੇ ਨੇ ਆਪਦਾ, ਬਹੁਤ ਹੀ ਜ਼ਿਆਦਾ ਰੇਟ ਲੈਂਦੇ ਆ ਸਾਰੀਆਂ ਬੁਟੀਕਾਂ ਵਾਲੀਆਂ ਤੁਸੀਂ। ਅਤੇ ਫਿਰ ਨੰਬਰ 2 'ਤੇ ਉਹਨਾਂ ਨੇ ਜਦੋਂ ਕੰਮ ਕਰਨ ਦਾ ਮੂਡ ਨਹੀਂ ਹੁੰਦਾ ਤਾਂ ਚੱਕ ਕੇ ਕਹਿਣਗੇ ਆਜ ਨਹੀਂ ਮੈਡਮ ਜੇ ਕੰਮ ਹੋਗਾ ਹਮ ਨਹੀਂ ਕਰੇਂਗੇ। ਪਤਾ ਕਿੰਨੇ ਪਰੇਸ਼ਾਨ ਹੁੰਦੇ, ਕਿਵੇਂ ਹਾੜੇ ਕੱਢ ਕੱਢ ਉਹਨਾਂ ਤੋਂ ਕੰਮ ਕਰਵਾਉਣੇ, ਵੀ ਵੀਰੇ ਬਣ ਕੇ ਕੰਮ ਕਰਦੇ, ਭਰਾਵਾ ਕੰਮ ਕਰਦੇ, ਮੂਹਰੇ ਕੰਮ ਭੇਜਣਾ ਇਸਨੇ, ਸਾਡੇ ਵੀ 2-4 ਭੈਣਾਂ ਸਾਨੂੰ ਵੀ ਛੱਤਰ ਲਾਉਣਗੀਆਂ ਵੀ ਬੁਟੀਕ ਵਾਲੀ ਨੇ ਪੈਸੇ ਪਵਾਲੇ, ਯਾਰ ਵੀ ਇਹਨਾਂ ਦਾ ਕੰਮ ਨਹੀਂ ਸਾਨੂੰ ਕਰਕੇ ਦਿੱਤਾ ਟਾਈਮ 'ਤੇ। ਪਰ ਬਹੁਤ ਔਖਾ ਗਾ ਸੱਚਿਓ, ਬੁਟੀਕ ਦੀ ਲਾਈਫ ਬਹੁਤ ਡਿਫਰੈਂਟ ਆ, ਜੋ ਦੇਖਣ ਵਾਲੇ ਨੂੰ ਬਹੁਤ ਸੋਹਣੀ ਲੱਗਦੀ ਆ ਵੀ ਬਸ ਇੱਕ ਭੈਣੇ ਵੀਡੀਓ ਪਾ ਦੇ ਵੀ ਆ ਵੀ ਆਹ ਸੂਟ ਵਰਕ ਹੋ ਕੇ ਆ ਗਿਆ, ਆਹ ਕੰਮ ਹੋ ਗਿਆ, ਬਹੁਤ ਸੋਹਣਾ ਲੱਗਦਾ, ਠੀਕ ਹੈ। ਇਕੱਲਾ ਇਹ ਨਹੀਂ ਹੈਗਾ, ਪਹਿਲਾਂ ਕੱਪੜਾ ਲੈ ਕੇ ਆਉਣੇ ਆ, ਫਿਰ ਕੱਪੜੇ ਨੂੰ ਆ ਕੇ ਧੋਣੇ ਆ, ਅਸੀਂ ਵਾਸ਼ ਕਰਦੇ ਹਾਂ, ਠੀਕ ਹੈ, ਕੱਪੜੇ ਲਿਆਉਣੇ, ਫਿਰ ਵਾਸ਼ ਕਰਦੇ ਹਾਂ, ਫਿਰ ਇਹਨਾਂ ਕਢਾਈ ਵਾਲਿਆਂ ਨੂੰ ਦਿੰਦੇ ਹਾਂ, ਕਢਾਈ ਵਾਲਿਆਂ ਤੋਂ ਬਾਅਦ ਫਿਰ ਇਹ ਕੱਪੜੇ ਸਾਡੇ ਮਾਸਟਰਾਂ ਕੋਲ ਜਾਂਦੇ ਹਾਂ, ਟੇਲਰਾਂ ਕੋਲ, ਫਿਰ ਕਟਿੰਗ ਕਰਦੇ ਹਾਂ, ਫਿਰ ਸਟਿਚਿੰਗ ਕਰਦੇ ਹਾਂ, ਫਿਰ ਪ੍ਰੈਸ ਕਰਦੇ ਹਾਂ, ਫਿਰ ਕਿਤੇ ਜਾ ਕੇ ਪੈਕਿੰਗ ਹੁੰਦੀ ਆ, ਠੀਕ ਹੈ, ਫਿਰ ਤੁਹਾਡੇ ਤੋਂ ਅਸੀਂ ਪੈਸੇ ਜਿਹੜੇ ਨੇ ਉਹ ਵਸੂਲ ਕਰਦੇ ਹਾਂ, ਠੀਕ ਹੈ। ਉਹਦੇ ਵਿੱਚ ਜਿਹੜਾ ਮਨੀ ਹੁੰਦੀ ਆ ਉਹ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਕਰਕੇ ਵੰਡ ਦਿੰਦੇ ਹਾਂ, ਠੀਕ ਹੈ। ਜਿੰਨੀ ਲੇਬਰ ਹੁੰਦੀ ਆ, ਜਿੰਨੇ ਬੰਦੇ ਹੁੰਦੇ ਆ, ਸਾਰਿਆਂ ਨੂੰ ਥੋੜ੍ਹੇ ਥੋੜ੍ਹੇ ਪੈਸੇ ਉਹ ਵੰਡੇ ਜਾਂਦੇ ਆ। ਇਹਦੇ ਨਾਲ ਕਾਫੀ ਘਰਾਂ ਦੀ ਜਿਹੜੀ ਕਿ ਰੋਟੀ ਰੋਜ਼ੀ ਰੋਟੀ ਚੱਲਦੀ ਆ। ਅਤੇ ਤੁਸੀਂ ਇਹ ਨਾ ਸੋਚਿਆ ਕਰੋ ਬੁਟੀਕਾਂ ਵਾਲੀਆਂ ਪਤਾ ਨਹੀਂ ਕਿੰਨੀਆਂ ਕੁ ਖੁਸ਼ ਨੇ, ਬਹੁਤ ਸਟ੍ਰੈਸ ਵਾਲਾ ਕੰਮ ਹੈ, ਬਹੁਤ ਹੀ ਜ਼ਿਆਦਾ, ਠੀਕ ਹੈ। ਆਪਾਂ ਆਪਣੇ ਘਰ 'ਚ ਆਪਣੀ ਜ਼ਿੰਮੇਵਾਰੀ ਨਹੀਂ ਚੱਕ ਸਕਦੇ, ਪਰ ਆਪਾਂ ਨੂੰ ਜਿੰਨੀਆਂ ਵੀ ਹੁਣ ਮੰਨ ਲਓ ਬਾਹਰੋਂ ਆ ਗਈਆਂ ਜਾਂ ਰਿਸ਼ਤੇਦਾਰਾਂ 'ਚੋਂ ਆ ਗਏ ਕੱਪੜੇ, ਹੋਰ ਵੀ ਕਿਸੇ ਦੇ ਲਾ ਲਓ, ਸਪੋਜ਼ ਕਰੋ ਆਪਣੇ ਪਿੰਡ 'ਚ ਹੀ ਆ ਗਏ ਕੱਪੜੇ, ਆਪਾਂ ਨੇ ਕੱਪੜੇ ਫੜ ਲਏ,
एक बार अपनी जो आप अगला कपड़े दे गया तो वो जिम्मेवारी की बन गई, कपटीक वाली बन गई, वे कपड़े फिनिश करके उन्होंने दे देने। बहुत स्ट्रैस का काम होंगे भैनों, प्यार ना बोलिया करो, प्यार ना के कहा करो, तो क्योंकि हर एक पहली स्ट्रैस जिन्हें अज के टाइम च सारे लोग, तो जरूरी नहीं हूँ हैगा तुम है ना माड़ी जी गलते आके कह दें भी भैने रेट वाला लैनी हो, रेट वाला लैनी हो, रेट लैना सौखा नहीं, तुम कम करके देखो बहुत औखे काम ने। हूँ पाइपिंग लवा लानी हो अंडरग्राउंड कदियाँ वो 3600 तुम गलिया का डिजाइन बदल दी हो ना, तो जरूर पैसे देने चाहिए आ, असी भी दें खुश होकर दें आपके वर्करा पैसे चाहिए, आपके पल 10 बचन 20 बचन पर अपने वर्करा असी पैसे खुश होकर दें दें ही अपना काम आ जोड़ा वो चलता गा, ठीक है। इसलिए सारियां रिस्पैक्ट न कर रिस्पैक्ट करनी चाहिए आ, क्योंकि ये जरूरी नहीं, क्योंकि अगला कहना ले एडा कि वह काम है भैने सिलाई वो करती है, सिलाई वाली की थोड़ी इज्जत ऐसी वैसी वो करदे ने पिंड च, अगला कहना सिलाई कर दी है कि डीसी लगी हुई है ना, पर देख के बोलिया करो हरेक काम कराने तो काम करने बहुत औखे ने, ठीक है जी। चलो वीडियो चलते चलते शेयर कर दे, अज काफ़ी भावनावान थी तो थोड़ी टेंशन भी थी तो करके सोचा एक वीडियो बनाई दे, ठीक है जी, थैंक यू वीडियो में वेखने लिए।